ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਦੀਨਾਨਗਰ ਦੇ ਪ੍ਰਾਚੀਨ ਕ੍ਰਿਸ਼ਨ ਮੰਦਿਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਜਨਮਾਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਮੰਦਰਾਂ ਦੇ ਬਾਹਰ ਨਜ਼ਰ ਆਈਆਂ। ਉੱਥੇ ਮੰਦਿਰ ਦੇ ਵਿੱਚ ਸੱਜੀਆਂ ਝਾਕੀਆਂ ਲੋਕਾਂ ਦੇ ਵਿੱਚ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ। ਭਗਤਾਂ ਨੇ ਕ੍ਰਿਸ਼ਨ ਲੀਲਾ ਦੇ ਗਾਣੇ ਤੇ ਖੂਬ ਭੰਗੜਾ ਪਾ ਕੇ ਤਿਉਹਾਰ ਮਨਾਇਆ। ਉੱਥੇ ਇਸ ਮੌਕੇ ਭਾਰਤੀ ਮੰਦਿਰ ਦੇ ਪੁਜਾਰੀ ਮਹੰਤ ਦੱਤ ਗਿਰੀ ਜੀ ਨੇ ਜਨਮਾਸ਼ਟਮੀ ਦੀ ਪਾਵਨਤਾ ਅਤੇ ਮਹੱਤਵ ਨੂੰ ਦੱਸਿਆ ਅਤੇ ਲੋਕਾਂ ਨੂੰ ਜਨਮਾਸ਼ਟਮੀ ਦੀ ਵਧਾਈ ਦਿੱਤੀ। ਅੱਜ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਕੀ ਮੈਂ ਸਾਰੇ ਦੀਨਾਨਗਰ ਵਾਸੀਓ ਕੋ ਹਾਰਦਿਕ ਵਧਾਈ ਦੇਤਾ ਹੂੰ। ਭਾਰਤੀ ਮੰਦਿਰ ਬਸ ਸਟੈਂਡ ਕੇ ਪੀਛੇ ਜਹਾਂ ਪੇ ਜਨਮਾਸ਼ਟਮੀ ਕਾ ਮਹੋਤਸਵ ਬੜੀ ਧੂਮਧਾਮ ਕੇ ਸਾਥ ਮਨਾਇਆ ਜਾ ਰਹਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।